ਸਰਦਾਰ ਅਮਰੀਕ ਸਿੰਘ ਜੀ ਸਮਾਜ ਦੇ ਅਜਿਹੇ ਇਨਸਾਨਾਂ ਵਿੱਚੋਂ ਸਨ ਜਿਨ੍ਹਾਂ ਨੂੰ ਸਮਾਜ ਕਦੇ ਵੀ ਨਹੀਂ ਭੁੱਲ ਸਕਦਾ। ਆਪ ਜੀ ਬਹੁਤ ਹੀ ਸ਼ਾਂਤ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ। ਪਰਮਾਤਮਾ ਦੇ ਘਰ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਆਂ ਦੀ ਮਦਦ ਦਿਲ ਖੋਲ ਕੇ ਕਰ ਦੇਣਾ ਆਪ ਜੀ ਦਾ ਸੁਭਾਅ ਸੀ। ਸਰਦਾਰ ਅਮਰੀਕ ਸਿੰਘ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਸਨ ਅਤੇ ਆਪ ਜੀ ਦੁਆਰਾ ਦਿੱਤੇ ਗਏ ਚੰਗੇ ਸੰਸਕਾਰਾਂ ਦੀ ਝਲਕ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖੀ ਜਾ ਸਕਦੀ ਹੈ। ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ, ਪੜ੍ਹੇ ਲਿਖੇ ਹਨ ਅਤੇ ਸਮਾਜ ਵਿੱਚ ਅਹਿਮ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਉਹ ਆਪਣੇ ਪਿਤਾ ਸਰਦਾਰ ਅਮਰੀਕ ਸਿੰਘ ਜੀ ਹੁਣਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜੀਵਨ ਬਸਰ ਕਰਨ ਲਈ ਵਚਨਬੱਧ ਹਨ। ਸਰਦਾਰ ਅਮਰੀਕ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਰਵਿੰਦਰ ਕੌਰ, ਸਰਦਾਰ ਮਨਸਿਮਰਨ ਸਿੰਘ, ਸਰਦਾਰ ਦਿਲਜੰਗ ਸਿੰਘ, ਸਰਦਾਰ ਗੁਰਚਰਨ ਸਿੰਘ, ਸਰਦਾਰਨੀ ਰਜਿੰਦਰ ਕੌਰ, ਸਰਦਾਰਨੀ ਦਵਿੰਦਰ ਕੌਰ, ਮਨਪ੍ਰੀਤ ਕੌਰ, ਸਰਦਾਰ ਰਘਵੀਰ ਸਿੰਘ, ਮਨਤੇਗਵੀਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਕੌਰ, ਬਚਨ ਸਿੰਘ, ਅੰਮ੍ਰਿਤ ਕੌਰ, ਕੁਲਵੰਤ ਸਿੰਘ, ਅਵਤਾਰ ਸਿੰਘ, ਨਰਿੰਦਰ ਕੌਰ, ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸਤਪਾਲ ਸਿੰਘ, ਜਸਪਾਲ ਸਿੰਘ, ਤਰਨਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਫੇਰੂ ਮਾਨ ਸਾਹਿਬ ਟੋਲੇਵਾਲ ਚੌਂਕ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। Thank you.
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਰਦਾਰ ਅਮਰੀਕ ਸਿੰਘ ਜੀ ਦਾ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ, ਸਾਧ ਸੰਗਤ ਜੀ ਗਿਆਨੀ ਪਿਆਰਾ ਸਿੰਘ ਜੀ ਦਾ ਪਰਿਵਾਰ, ਉਹਨਾਂ ਦੇ ਵੱਡੇ ਬੇਟੇ ਸਰਦਾਰ ਦਿਲਜੰਗ ਸਿੰਘ ਜੀ ਡੀਐਸ ਟਰਾਂਸਪੋਰਟ ਤੋਂ, ਸਰਦਾਰ ਗੁਰਚਰਨ ਸਿੰਘ ਜੀ ਰਾਜ ਟਰਾਂਸਪੋਰਟ ਤੋਂ, ਤੀਸਰੇ ਨੰਬਰ 'ਤੇ ਸਰਦਾਰ ਅਮਰੀਕ ਸਿੰਘ ਜੀ ਤੋਂ ਬੜੇ ਦਲੇਰਾਨਾ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਚਰੇ, ਬਹੁਤ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਆਏ ਨੇ। ਠੀਕ ਆ, ਮੌਤ ਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ, ਪਰ ਸਰਦਾਰ ਗੁਰਚਰਨ ਸਿੰਘ ਰਾਜ ਟਰਾਂਸਪੋਰਟ ਦੀ ਜੇ ਗੱਲ ਕਰੀਏ, ਬਹੁਤ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ, ਜਦੋਂ ਵੀ ਕਿਤੇ ਅਮਰੀਕ ਸਿੰਘ ਨੂੰ ਦੁੱਖ ਸੁੱਖ ਦੇ ਮੌਕੇ ਕੋਈ ਵੀ ਕਮੀ ਮਹਿਸੂਸ ਹੋਈ, ਕੋਈ ਵੀ ਦਿੱਕਤ ਮਹਿਸੂਸ ਹੋਈ, ਤਾਂ ਸਰਦਾਰ ਗੁਰਚਰਨ ਸਿੰਘ ਨੇ ਹਮੇਸ਼ਾ ਉਹਦੇ ਮੂਹਰੇ ਹੋ ਕੇ ਆਪਣੇ ਆਪ ਤੇ ਲੈਣ ਦੀ ਕੋਸ਼ਿਸ਼ ਕੀਤੀ, ਮੂਹਰੇ ਖੜ ਕੇ ਨਿਭਦੇ ਰਹੇ। ਤੇ ਹੁਣ ਵੀ ਜਦੋਂ ਬਿਮਾਰ ਹੋਇਆ, ਬਹੁਤ ਯਤਨ ਕੀਤੇ ਪਰਿਵਾਰ ਨੇ, ਬਹੁਤ ਇਲਾਜ ਕਰਾਇਆ, ਲੇਕਿਨ ਸਖਤ ਉੱਤੇ ਪਾੜੇ ਹੈਗੇ, ਜ਼ੋਰ ਨਹੀਂ ਚੱਲ ਸਕਿਆ। ਇਸ ਕਰਕੇ ਸਾਧ ਸੰਗਤ ਜੀ ਪਰਿਵਾਰ ਦੇ ਪਿੱਛੇ, ਜਿੱਥੇ ਦੋ ਬੇਟੀਆਂ ਸਰ ਅਮਰੀਕ ਸਿੰਘ ਜੀ ਉਹਨਾਂ ਦੀਆਂ ਸ਼ਾਦੀਆਂ ਕਰ ਗਏ, ਲੇਕਿਨ ਉਹਨਾਂ ਦਾ ਬੇਟਾ ਮਨ ਸਿਮਰਨ ਸਿੰਘ, ਉਹਦੀ ਜ਼ਿੰਮੇਵਾਰੀ ਹਲੇ ਬਕਾਇਆ ਰਹਿੰਦੀ ਸੀ। ਠੀਕ ਆ, ਅਕਾਲ ਪੁਰਖ ਦੇ ਭਾਣੇ ਅੱਗੇ ਜ਼ੋਰ ਤਾਂ ਨਹੀਂ ਚੱਲਦਾ ਕਿਸੇ ਦਾ, ਪਰ ਸਮਾਜਿਕ ਜਾਂ ਪਰਿਵਾਰਕ ਜਿਹੜਾ ਮੋਹ ਪਿਆਰ ਹੁੰਦਾ ਉਹ ਜ਼ਰੂਰ ਮਨ ਭਾਰ ਆਉਂਦਾ। ਪਰਿਵਾਰ ਨਾਲ ਮੇਰਾ ਸੰਬੰਧ ਸਰਦਾਰ ਗੁਰਚਰਨ ਸਿੰਘ ਕਰਕੇ ਲੰਮੇ ਅਰਸੇ ਤੋਂ, ਕਿਉਂਕਿ ਗੁਰਚਰਨ ਸਿੰਘ ਉਹਨਾਂ ਦੇ ਬੱਚੇ ਅਤੇ ਮੇਰੇ ਬੱਚੇ ਇਕੱਠੇ ਗੁਰੂ ਨਾਨਕ ਪਬਲਿਕ ਸਕੂਲ ਪੜ੍ਹਦੇ ਸੀ। ਤਕਰੀਬਨ 30 ਸਾਲ ਤੋਂ ਸਾਡਾ ਮਿਲਦੇ ਉਦੋਂ ਪਹਿਲਾਂ ਵੀ ਸੀ ਰਾਜਨੀਤਿਕ ਤੌਰ 'ਤੇ, ਟੌੜਾ ਸਾਹਿਬ ਨੇ ਜ਼ਿਆਦਾ ਆਉਣਾ ਕਦੇ, ਪਰ ਪਰਿਵਾਰਕ ਤੌਰ 'ਤੇ ਪ੍ਰੇਮ ਬੱਚਿਆਂ ਦੇ ਇਕੱਠੇ ਸਕੂਲ ਇੱਕ ਵਿੱਚ ਪੜ੍ਹਨ ਨਾਲ ਹੋਇਆ। ਉਹ 30 ਸਾਲ ਦੇ ਸਫ਼ਰ ਵਿੱਚ ਮੈਨੂੰ ਜੋ ਗੁਰਚਰਨ ਉਹਨਾਂ ਤੋਂ ਨਾਲ ਰਹਿ ਕੇ ਕਈ ਕੁਛ ਸਿੱਖਣ ਨੂੰ ਮਿਲਿਆ, ਅਤੇ ਇਹਨਾਂ ਦੇ ਸਵਰਗੀ ਭਰਾ ਅਮਰੀਕ ਸਿੰਘ ਦੇ ਘਰ ਵੀ ਜਾਣ ਦਾ ਮੌਕਾ ਕਦੋਂ ਮਿਲਿਆ, ਮਨ ਸਿਮਰਨ ਨੇ ਪਿਛਲੇ ਸਾਲ ਮੈਨੂੰ ਸਰਦਾਰ ਹਰਭਜਨ ਸਿੰਘ ਡੰਗ ਨੂੰ, ਬਾਬਾ ਅਜੀਤ ਸਿੰਘ ਨੂੰ ਘਰ ਚਾਹ 'ਤੇ ਬੁਲਾਇਆ, ਕਹਿੰਦਾ ਅੰਕਲ ਚਾਹ 'ਤੇ ਜ਼ਰੂਰ ਆਉਣਾ। ਅਤੇ ਗੁਰਚਰਨ ਉਹਨਾਂ ਨੇ, ਕਿਉਂਕਿ ਮੈਂ ਮਨ ਸਿਮਰਨ ਨੂੰ ਉਦੋਂ ਜਾਣਦਾ ਨਹੀਂ ਸੀ ਕਿ ਕਿਸ ਤਰ੍ਹਾਂ ਹੈ, ਗੁਰਚਰਨ ਉਹਨਾਂ ਦਾ ਟੈਲੀਫੋਨ ਆਇਆ ਕਿ ਗਰੇਵਾਲ ਸਾਹਿਬ, ਇਹ ਮੇਰਾ ਭਤੀਜਾ ਛੋਟੇ ਭਰਾ ਦਾ ਲੜਕਾ, ਜ਼ਰੂਰ ਆਉਣਾ, ਮੈਂ ਵੀ ਉੱਥੇ ਆਊਂਗਾ। ਸੋ ਉਸ ਵੇਲੇ ਦਾ ਇਸ ਬੱਚੇ ਨਾਲ ਵੀ ਪਿਆਰ ਹੈ, ਇਸ ਬੱਚੇ ਨਾਲ ਵੀ ਸਨੇਹ ਹੈ, ਅਤੇ ਜਿੱਥੇ ਵੀ ਅਤੇ ਜਦ ਵੀ ਮਿਲਦਾ ਹੈ ਬੜੇ ਇੱਜ਼ਤ ਅਤੇ ਸਤਿਕਾਰ ਦਿੰਦਾ ਹੈ ਅਤੇ ਪਿਆਰ ਲੈਂਦਾ ਹੈ। ਸੰਸਾਰ ਖਾਨੀ ਹੈ, ਸੰਸਾਰ ਇੱਕ ਮੁਸਾਫਰ ਖਾਨਾ ਹੈ। ਗੁਰੂ ਸਾਹਿਬ ਵੀ ਫਰਮਾਉਂਦੇ ਨੇ, ਜੋ ਆਇਆ ਸੋ ਚੱਲ ਸੀ, ਸਭ ਤੋਂ ਆਈ ਬਾਤ ਹੈ। ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ ਪ੍ਰਾਣੀ ਆਉਂਦੇ ਨੇ, ਲੱਖਾਂ ਦੀ ਤਾਦਾਦ ਤੁਰੇ ਜਾ ਰਹੇ। ਅਵਤਾਰ ਅਮਰੀਕ ਸਿੰਘ ਦੇ ਜਾਣ ਦੇ ਨਾਲ ਇਹ ਖਲਾਜਾ ਪੈਦਾ ਹੋ ਗਿਆ, ਤੋ ਮੈਨੂੰ ਹੁਕਮ ਹੋਇਆ ਕਿ ਮੈਂ ਪਰਿਵਾਰ ਵੱਲੋਂ ਸਾਰੀਆਂ ਸੰਤਾਂ ਦਾ, ਸਾਰੀਆਂ ਸਭਾ ਸੁਸਾਇਟੀਆਂ ਦਾ ਧੰਨਵਾਦ ਕਰਾਂ। ਗਿਆਨੀ ਪਿਆਰਾ ਸਿੰਘ ਦਾ ਪਰਿਵਾਰ, ਸਰਦਾਰ ਦਿਲਜੰਗ ਸਿੰਘ ਜੀ, ਸਰਦਾਰ ਗੁਰਚਰਨ ਸਿੰਘ ਜੀ, ਪੰਥ ਸਵਾਵਾਂ ਦੇ ਵਿੱਚ ਵੀ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਰਿਹਾ ਆ। ਅੱਜ ਦੀ ਗੱਲ ਨਹੀਂ, ਬੜੀਆਂ ਪੁਰਾਣੀਆਂ ਗੱਲਾਂ ਨੇ, ਇਹ ਸਾਡਾ ਵਿਸ਼ਕਰਮਾ ਕਲੋਨੀ ਸਹੀ ਮਾਇਨਿਆਂ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੀ ਇਹ ਘਰ ਆਣ ਕੇ ਵਸੇ, ਔਰ ਇੱਥੇ ਹੌਲੀ ਹੌਲੀ ਮੁੜ ਕੇ ਆਬਾਦੀ ਸ਼ੁਰੂ ਹੋਈ। ਉਹਨਾਂ ਦਿਨਾਂ ਤੋਂ ਲੈ ਕੇ ਅਸੀਂ ਵੀ ਬਹੁਤ ਕੁਛ ਜਿੱਦਾਂ ਸਰਦਾਰ ਪਿਆਰਾ ਸਿੰਘ ਜੀ ਦੀ ਜ਼ਿੰਦਗੀ ਉਹਦੇ 'ਚ ਬਹਿ ਕੇ ਸਿੱਖਣ ਦਾ ਮੌਕਾ ਮਿਲਿਆ। ਔਰ ਠੀਕ ਆ ਕਿ ਸਾਰਿਆਂ ਨੇ ਜਾਣਾ ਹੈ, ਆਹ ਸਰਦਾਰ ਦਿਲਜੰਗ ਸਿੰਘ ਜੀ ਔਰ ਸਰਦਾਰ ਗੁਰਚਰਨ ਸਿੰਘ ਜੀ ਦੇ ਸਿਰ 'ਤੇ ਕੁਝ ਜ਼ਿੰਮੇਵਾਰੀਆਂ ਪਈਆਂ ਨੇ। ਤੋ ਮੈਂ ਜਿਵੇਂ ਪਹਿਲਾਂ ਗਰੇਵਾਲ ਸਾਹਿਬ ਨੇ ਕਿਹਾ ਕਿ ਹਰਸਿਮਰਨ ਸਿੰਘ ਜਿਨ੍ਹਾਂ 'ਚ ਜ਼ਿੰਮੇਵਾਰੀ ਪਈ ਆ, ਉਹਨਾਂ ਨੂੰ ਬੇਨਤੀ ਕਰਾਂਗੇ ਗੁਰੂ ਦਾ ਉਹ ਟਾਸਕ ਲੈ ਕੇ ਤੁਸੀਂ ਜ਼ਰੂਰ ਸਾਰਿਆਂ ਨਾਲ ਲੈ ਕੇ ਆਗਿਆਕਾਰ ਮੰਨ ਕੇ ਮਾਤਾ ਦੀ ਸੇਵਾ ਕਰਦੇ ਹਾਂ, ਪਰਿਵਾਰ ਦੇ ਵਿੱਚ ਵਿਚਰਦੇ ਹਾਂ, ਆਪਣੀ ਜ਼ਿੰਮੇਵਾਰੀਆਂ ਨਿਭਾਉਣ ਦਾ ਯਤਨ ਕਰਨਾ। ਮੈਂ ਫਿਰ ਪਰਿਵਾਰ ਨੂੰ ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ।